नमस्कार जी आप सभी का स्वागत है आप ही के यूट्यूब चैनल पर तो आज की एक पी एस टेट को लेकर जो है ताज़ा अपडेट है पी एस टेट। तो एस सी आर टी की तरफ से ये एस सी आर टी की तरफ से ये जारी किया गया है तो वो क्या जारी किया गया है कि पंजाब राज अध्यापक योग्यता टेस्ट जो अपने शुरू हुए सी मतलब पी एस टैट दो हज़ार ग्यारह तो दो हज़ार ग्यारह तेरह चौदह सोलह सतारह ਦੇ ਨਤੀਜੇ ਮਾਨਯੋਗ ਕੋਰਟ ਦੇ ਹੁਕਮ ਅਨੁਸਾਰ ਰਿਵਾਈਜ਼ ਕੀਤੇ ਗਏ ਹਨ ਜਿਹੜੇ ਉਮੀਦਵਾਰ ਨਤੀਜਾ ਰਿਵਾਈਜ਼ ਹੋਣ ਤੋਂ ਪਹਿਲਾਂ ਹੀ ਪਾਸ ਸਨ ਮਤਲਬ ਇਹ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਉਮੀਦਵਾਰ ਮਤਲਬ ਰਿਜ਼ਲਟ ਘੋਸ਼ਿਤ ਕਰਨ ਤੇ ਪਾਸ ਸਨ ਤੇ ਜਿਹੜੇ ਉਮੀਦਵਾਰ ਮਤਲਬ ਰਿਜ਼ਲਟ ਰਿਵਾਈਜ਼ ਹੋਣ ਤੋਂ ਬਾਅਦ ਪਾਸ ਹੋਏ ਸਨ ਉਹਨਾਂ ਦੇ ਅੰਕ ਵਧੇ ਸਨ ਤੇ ਉਹਨਾਂ ਦੋਹਾਂ ਦੀ ਜਿਹੜੀ niche ਲਿਖਿਆ ਹੋਇਆ ਹੈ ਸਾਫ ਸਾਫ ਵੇ ਰਿਵਾਈਜ਼ ਹੋਣ ਤੋਂ ਪਹਿਲਾਂ ਹੀ ਪਾਸ ਸਨ ਅਤੇ ਇੰਤਜ਼ਾਰ ਰਿਵਾਈਜ਼ ਹੋਣ ਤੋਂ ਬਾਅਦ ਉਹਨਾਂ ਦੇ ਅੰਕ ਵਧੇ ਸਨ ਉਹਨਾਂ ਉਮੀਦਵਾਰਾਂ ਦੇ ਸਰਟੀਫਿਕੇਟ ਦੀ ਮਿਆਦ ਨਤੀਜਾ ਰਿਵਾਈਜ਼ ਹੋਣ ਦੀ ਮਿਤੀ ਤੱਕ 7 ਸਾਲ ਅੱਗੇ ਵਧਾਈ ਜਾਂਦੀ ਹੈ ਮਤਲਬ ਜਿਹੜੇ ਉਮੀਦਵਾਰ ਮਤਲਬ ਮੰਨ ਲਓ 2011 ਵਾਲਾ ਟੈਸਟ ਆਪਾਂ ਇੱਕ ਵਾਰੀ ਮੰਨ ਹੀ ਲੈਨੇ ਆ ਵੀ ਇਹ ਫਰਸਟ ਮੰਥ ਵਿੱਚ ਹੋਇਆ ਸੀ ਜਨਵਰੀ ਵਿੱਚ ਬਟ ਇਹ ਰਿਵਾਈਜ਼ ਮੰਨ ਲਓ ਅੱਗੇ ਚੱਲ ਕੇ ਹੋਇਆ ਸੀ 2012 ਦੇ ਵਿੱਚ ਤੇ ਹੁਣ ਇਹਨਾਂ 2011 ਵਾਲੀ ਜਿਹੜੀ ਮਿਆਦ ਹੈ ਪੀਐਸਟੈਟ ਦੀ ਉਹ 2012 ਤੋਂ ਮੰਨੀ ਜਾਏਗੀ ਮਤਲਬ ਜਦੋਂ ਤੋਂ ਰਿਵਾਈਜ਼ ਹੋਇਆ ਰਿਜ਼ਲਟ ਉਸ ਤੋਂ 7 ਸਾਲ ਅੱਗੇ ਮੰਨੀ ਜਾਏਗੀ ਇਹ ਤਾਂ ਸਿਰਫ ਮੇਰਾ ਦੱਸਣਾ ਤੁਹਾਨੂੰ ਇੱਕ ਮੈਥਡ ਸੀ ਬਾਕੀ ਤੁਸੀਂ ਦੇਖ ਲਿਓ ਵੀ ਤੁਹਾਡਾ ਰਿਵਾਈਜ਼ ਕਦੋਂ ਹੋਇਆ ਹੈ ਤੇ ਇੱਕ ਵਧੀਆ ਨਿਊਜ਼ ਹੈ ਵੀ ਉਹਨਾਂ ਦੀ ਵੈਲਿਡਿਟੀ ਵੀ ਅੱਗੇ ਵੱਧ ਗਈ ਹੈ ਤੇ ਬਹੁਤ ਬਹੁਤ ਧੰਨਵਾਦ